ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ। ਦੀਵਾਲੀ ਤੋਂ ਪਹਿਲਾਂ ਵੈਕਟਰ ਵੀਰੇ ਦੀ ਦੁਕਾਨ ਤੇ ਚੱਲੇ ਆ ਕਿਉਂਕਿ ਅਸੀਂ ਭਾਂਡੇ ਖਰੀਦ ਲਿਆਂਦੇ ਸੀਗੇ, ਬਿੱਲ ਲੈ ਆਂਦਾ ਸੀਗਾ ਤੇ ਡੈਡੀ ਸੀਗੇ ਮੰਡੀ 'ਚ, ਹਿਸਾਬ ਕਿਤਾਬ ਪੂਰਾ ਕਰਨ ਚੱਲੇ ਆ। ਅਸੀਂ ਕਿਹਾ ਵੀ ਹੁਣ ਬਿੱਲ ਲੈ ਆਂਦਾ, ਹੁਣ ਡੈਡੀ ਪੈਸੇ ਦੇ ਕੇ ਆਉਣਗੇ। ਅਸੀਂ ਸਮਾਨ ਖਰੀਦਣ ਤੱਕ ਦਾ ਕੰਮ ਸਾਡਾ ਸੀਗਾ। ਐਤਕੀ ਤਾਂ ਉਹ ਵੀ ਨਹੀਂ ਕਹਿ ਸਕਦੇ ਜਿਹੜਾ ਅੱਗੇ ਕਹਿੰਦੇ ਸੀ ਝੋਨੇ ਦੀ ਟਰਾਲੀ ਸਿੱਟੀ ਮੰਡੀ 'ਚ ਸਵੇਰੇ, ਝੋਨੇ ਦੀ ਟਰਾਲੀ ਕੀ, ਹੁਣ ਤਾਂ ਬਾਪੂ ਆਪ ਹੀ ਮੰਡੀ 'ਚ ਹੀ ਆ। ਰਿਕਸ਼ੇ ਚ ਉਹਨੂੰ ਲੈ ਕੇ ਗਿਆ ਜ਼ਮੀਨ ਲਵਾਉਣ ਨੂੰ, ਉਹ ਰੌਲਾ ਪਾਦਾ ਜਾਵੇ, ਉਹ ਲੋਕੋ ਮੇਰੇ ਹੱਥ ਬੜਾ ਮੈਨੂੰ, ਮੈਂ ਬਥੇਰੀ ਲੰਘ ਲੂੰਗ ਮਾਰੀ, ਮੈਨੂੰ ਕਹਿੰਦਾ ਵੀ ਜਾਣਾ, ਮੈਂ ਮੇਰੀ ਤਾਂ ਲੱਤ ਦੁਖਦੀ, ਗੱਡੀ 'ਚ ਲੈ ਕੇ ਜਾਵਾਂਗੇ, ਗੱਡੀ 'ਚ ਲੈ ਕੇ ਜਾਵਾਂਗੇ ਤੁਹਾਡੇ ਲਈ। ਡੈਡੀ ਸੜਕ ਨਵੀਂ ਬਣਾਤੀ ਦਰਾਹੇ ਵਾਲੀ, ਵੀ ਜਾਣ 'ਚ ਕੋਈ ਪ੍ਰੋਬਲਮ ਨਾ ਆਵੇ। ਪੁੱਤਰਾ ਦਰਾਹੇ ਦੀ ਰੀੜ ਦੀ ਹੱਡੀ ਆ, ਰੇਲਵੇ ਸਟੇਸ਼ਨ ਤੋਂ ਲੈ ਕੇ ਬਿਆੰਦ ਚੋਂ ਦੇ ਜ਼ਰੂਰੀ ਸੀ, ਟੁੱਟ ਗਈ ਸੀ ਵਿੱਚ, ਉਹ ਤਾਂ ਸੜਕ ਬਹੁਤ ਜ਼ਰੂਰੀ ਆ ਬਣ। ਚਲੋ ਭਾਈ, ਯਾਰ ਸੁਣ, ਜਦ ਐਡੀ ਦੂਰੋਂ ਵਿਆਹ ਕੇ ਲਿਆਂਦੀ ਆ, ਹੁਣ ਖਰਚਾ ਤਾਂ ਕਰਨਾ ਹੀ ਪੈਣਾ। ਸਹੀ ਗੱਲ ਆ, ਕੋਈ ਨਹੀਂ ਕਰਨਾ। ਕੋਬਰਾ ਡੈਡੀ ਵੀ, ਉਹ ਕੋਬਰਾ ਕੋਬਰਾ ਬਣ ਕੇ ਕੋਬਰਾ ਦੁਕਾਨ ਤੇ ਨਵਾਂ ਸਮਾਨ ਆਇਆ ਹੋਇਆ ਉਹ ਵੀ ਲੈ ਕੇ ਆਉਣਾ, ਆਪਾਂ ਚੁੱਲ੍ਹਾ ਤਾਂ ਚੱਕਿਆ ਨੀ ਸੱਚ। ਮੈਂ ਆਪਣੇ ਘਰ ਵਾਲੀ ਵਾਸਤੇ ਜੋ ਕਹੂ ਉਹ ਚੀਜ਼ ਲੈ ਲੂ, ਕਿਹੜੀ ਗੱਲ ਕਰਦਾ ਤੂੰ। ਓਕੇ, ਇੱਕ ਚੁੱਲ੍ਹਾ ਵੀ ਚੇਂਜ ਕਰਨਾ ਸੀ ਅਜੇ, ਫੇਰ ਲੈ ਲਾਂਗੇ ਅਗਲੇ ਕਿਹੜੇ ਚੁੱਲ੍ਹਾ ਚਲਾ ਉਹ ਚੱਕ ਲਿਆਵਾਂਗੇ। ਇਹ ਚੁੱਲ੍ਹਾ ਨੂੰ ਕਹਿ ਦਾਂਗੇ ਵੀ ਤੈਨੂੰ ਦੇ ਦੇ, ਆਹ ਵੀ ਇੰਨੀ ਚਿਰ ਦੀ ਉਹ ਇੰਨੀ ਕਿ ਤਾਂ ਬਣਦੀ ਆਈ। ਆ ਮੈਂ ਦੇਖ ਲਾ ਕਿੰਨੀ ਲੰਗ ਮਾਰਦਾ। ਇਹ ਨਹੀਂ, ਇਹ ਪਤਾ ਕਿਉਂ ਬਚਦੀ ਆ, ਇੱਕ ਪਾਸੇ ਬਟੂਆ ਭਾਰਾ ਪਿਆ ਹੋਇਆ, ਬਟੂਆ ਭਾਰਾ ਤਾਂ ਕਰਕੇ। ਆ ਦੇਖੋ, ਅੱਗੇ ਡੈਡੀ ਗੇਟ ਖੋਲਦੇ ਹੁੰਦੇ ਸੀ, ਹੁਣ ਆਪਾਂ ਪਹਿਲਾਂ ਹੀ ਗੱਡੀ 'ਚ ਬਿਠਾ ਦੇ ਕਿਉਂਕਿ ਅੱਜ ਪੈਸੇ ਦਵਾਉਣੇ ਹੈਗੇ। ਵੀਰੇ ਦੀ ਦੁਕਾਨ ਤੇ ਆਏ ਆ, ਵੀਰਾ ਅੱਜ ਇੰਨਾ ਬਿਜ਼ੀ ਆ ਕਿ ਉਹਦੇ ਕੋਲ ਹੈਲੋ ਕਰਨ ਦਾ ਵੀ ਟਾਈਮ ਨਹੀਂ ਹੈਗਾ ਕਿਉਂਕਿ ਦੀਵਾਲੀ ਦਾ ਟਾਈਮ ਆ ਗਿਆ। ਹੁਣ ਬਸ ਦੀਵਾਲੀ ਕਰਕੇ ਥੋੜਾ ਜਿਹਾ ਹੋ ਜਾਂਦਾ ਆਹ ਦਿਨ ਆ ਕੇ ਨੇੜੇ। ਚਲੋ ਲੋਕਾਂ ਦੇ ਖੁਸ਼ੀ ਦਾ ਮਾਹੌਲ ਆ ਸਾਰਿਆਂ ਨੂੰ, ਬਹੁਤ ਵਧੀਆ ਲੋਕਾਂ ਨੂੰ ਸੌਖਾ ਹੋ ਗਿਆ ਸੜਕ ਵੀ ਬਣਵਾ ਨਵੀਂ ਸੜਕ ਬਣਵਾਤੀ ਪੁੱਤ। ਇਹ ਮੈਂ ਕਹਿੰਦਾ ਤੁਸੀਂ ਆਏ ਤਾਂ ਅਸੀਂ ਗੜਕੜੀ ਸਾਹਿਬ ਨੂੰ ਕਹਿ ਕੇ ਬਣਵਾ, ਤੁਸੀਂ ਮੰਡੀ 'ਚ ਬੈਠੇ ਹੋ ਜਿੱਦੇ ਦੇ ਦੇ ਅਸੀਂ ਵੀ ਮੰਡੀ 'ਚ ਜਾਣਾ। ਡੈਡੀ ਕਹਿੰਦੇ ਤੁਹਾਡੇ ਤੋਂ ਚੱਕਿਆ ਨੀ ਆਣਾ, ਮੈਂ ਨਾਲ ਚੱਲਦਾ, ਤਾਂ ਹੀ ਤਾਂ ਜ਼ਰੂਰੀ ਸੀ ਆਏ ਨੀ, ਦੋ ਤਿੰਨ ਵਾਰ ਤੁਸੀਂ ਆ ਰਹੇ ਪਰ ਮੇਰੇ ਵਰਗਾ ਨੀਲਾ ਹੋਣਾ ਹੁਣ ਮੰਡੀ ਚ ਮੂੰਹ ਤੇ ਮੱਖੀ ਪੈ ਜੀ, ਉੱਡਦੀ ਨੀ ਉਹ ਕਹਿੰਦੀ ਵੀ ਕਿਉਂ ਨਾ ਤੇਰੀ ਕਿਹੜਾ ਜੀ ਪੈਂਦੀ, ਤੇਰੀ ਆਂਟੀ ਕਹਿੰਦੀ ਮੈਨੂੰ ਲੈ ਕੇ ਚਲੋ, ਮੈਂ ਵੀ ਪੈਸੇ ਤਾਂ ਹੈ ਨੀ ਉਹ ਲੈ ਚੁੱਕ, ਨਹੀਂ ਕੋਈ ਨੀ ਪੈਸੇ ਨੂੰ ਬੈਠੇ ਕੋਲੇ ਆ ਸੱਤੇ ਦੁਕਾਨ ਕੀ ਤੁਹਾਡੀ ਹੋਵੇ ਉਹ ਐ ਜੋ ਜਿਹਦੀ ਬਿਖੂ ਤਾਂ ਪੈਸੇ ਉਹ ਨਹੀਂ ਗੱਲੇ ਨਹੀਂ ਤੁਸੀਂ ਚੀਜ਼ਾਂ ਲਾ ਤੁਹਾਡੇ ਕੋਲ ਪੈਸੇ ਦਾ ਘਾਟਾ ਡਾਲਰਾਂ ਦਾ ਹੋ ਸਕਦਾ ਵੀ ਕਿਹਨੇ ਮੰਗਾ ਲਾ ਆ ਤੇ ਮੈਂ ਤਾਂ ਕੁਰਸੀ ਲੈ ਜੀ ਹੁਣ ਇਹ ਲਓ ਮੈਂ ਚਾਹ ਪੀਨੇ ਘਟ ਘਟ ਸਾਰੇ ਪਾਸੇ ਦੁਕਾਨ ਭਰੀ ਪਈ ਆ ਪੂਰਾ ਰਸ਼ ਅੱਜ ਦਾ। ਪਹਿਲਾਂ ਤਾਂ ਡੈਡੀ ਸਾਰਾ ਸਾਥ ਛੱਡ ਕੇ ਚੱਲ ਗਏ ਸੀਗੇ, ਬਚ ਗਏ ਸੀਗੇ। ਹਾਂ ਮੈਨੂੰ ਇੱਕ ਮਹਿਮਾਨ ਦਾ ਫੋਨ ਆ ਗਿਆ ਸੀਗਾ, ਫਿਰ ਮੈਂ ਤੋਂ ਤੁਰ ਨਹੀਂ ਹੋਇਆ ਗੋਡਾ ਦੁਖਣ ਕਰਕੇ, ਫਿਰ ਮੈਂ ਮੁੜਿਆ ਉਹ ਗੋਡੇ ਚੀਜ਼ ਹੋ ਗਈ। ਅੱਛਾ ਪੁੱਤਰ ਸਾਥ ਕਿਉਂ ਛੱਡਣਾ, ਅਸੀਂ ਸਭ ਕਈ ਜਦ ਤੱਕ ਸੰਸਾਰ ਉਹ ਜਨਮਾਂ ਜਨਮਾਂ ਦੇ ਵਾਅਦੇ ਕਰੇ ਹੋਏ ਨੇ, ਲੋਕ ਸੱਤ ਜਨਮਾਂ ਦੇ ਮੈਂ ਕਈ ਜਨਮਾਂ ਦੇ। ਦੱਸੋ ਜੀ ਕਿਹੜਾ ਭਾਂਡਾ ਲੈ ਕੇ ਦੇਣਾ।
ਲੋ ਮਾਲਕ ਨੇ ਪੁੱਤਰ ਆਪਾਂ ਰਸੋਈ ਦਾ ਮੰਨੀ ਨੂੰ ਪਤਾ ਹਾਂ ਖੇਤੀ ਬਾਰੇ ਆਪਾਂ ਨੂੰ ਪਤਾ ਪਤੀਲਾ ਪਸੰਦ ਆ ਗਿਆ ਮੰਮੀ ਨੂੰ ਤੇ ਪਤੀਲੇ ਨੇ ਉਹ ਭਾਰਤ ਦਾ ਤਾਂ ਕੀ ਕਰਨਾ ਮੈਂ ਪਿਛਲੀ ਵਾਰ ਆ ਦੇਖੀ ਸੀ ਮੈਂ ਕਿਹਾ ਡੈਡੀ ਵਾਸਤੇ ਲੈ ਲੈਨੇ ਆ ਮੋਟਰ ਤੇ ਰੋਟੀ ਲੈ ਕੇ ਜਾਣ ਨੂੰ ਪੁੱਤ ਇਹ ਪਹਿਲੇ ਮੁੰਡੇ ਦੇਖੇ ਨੇ ਜਿਹੜੇ ਅਸੀਂ ਕਹਿੰਦੇ ਵੀ ਡੈਡੀ ਕੰਮ ਛੱਡ ਦੇ ਹੈ ਵੀ ਕੰਮ ਦਾ ਬਾਪੂ ਕਰੀ ਜਾਵੇ ਡੈਡੀ ਘੁੰਮਣਾ ਘੁੰਮੂਗਾ ਨਹੀਂ ਆਈ ਕੱਢਣਾ ਆਈ ਚਾਕੀ ਜੋਰ ਲਾ ਕੇ ਉਦੋਂ ਤੱਕ ਘੁੰਮਿਆ ਸੀਗਾ ਮੈਨੂੰ ਤਾਂ ਰੋਟੀ ਮੈਂ ਕਹਿੰਦਾ ਹੁਣ ਭੁੱਖੇ ਚ ਭੁੱਖਾ ਹੀ ਰਹਿ ਜਾਊਗਾ ਡੈਡੀ ਡੈਡੀ ਤਾਂ ਉਧਰਲੀ ਸਾਈਡ ਤੇ ਖੜ ਗਏ ਡੈਡੀ ਸੱਚ ਮੈਂ ਸੇਲਸ ਪਰਸਨ ਆ ਚਾਰ ਪੈਸੇ ਹੀ ਬਣ ਜਾਣੇ ਡੈਡੀ ਸੱਚ ਬੋਲੋ ਤੈਨੂੰ ਕੰਮ ਛੱਡਣ ਨੂੰ ਸਾਰਿਆਂ ਨੇ ਸਲਾਹ ਦਿੱਤੀ ਹੈ ਤੁਸੀਂ ਆਪ ਹੀ ਕਹਿੰਦੇ ਹੋ ਵੀ ਮੈਂ ਘਰੇ ਬੈਠ ਨਹੀਂ ਸਕਦਾ ਘਰੇ ਕੀ ਕਰਾਂਗੇ ਇਹ ਗੱਲ ਕਰੋ ਨਾ ਐਵੇਂ ਸਾਡੀ ਕਾ ਤੋਂ ਕਰਾਉਂਦੇ ਆ ਇੰਨੀ ਭਾਰੇ ਹੁੰਦੇ ਮਾਂ ਭਾਰੀ ਹੈ ਡੈਡੀ ਇਹ ਇਹ ਤਾਂ ਬੜਾ ਨਹੀਂ ਹੈਗਾ ਅਸਾਂ ਤਾਂ ਨਹੀਂ ਆ ਪਾਉਂਦੇ सब तो पता नहीं लगता मैं हला अपनी मां अंग्रेजी अच्छा मेरे नाल तेरी मम्मी भी तर जांदी है अभी मम्मी भी बह गई उधर मम्मी ने एहो जी सीट मल्ली सी और मम्मी ने भी आगे कस्टमर पूछता है कि चॉपर मिल जाएगा मम्मी कहने वीरे मैं तो ऐसी बैठी हां तुसी कहो जी मम्मी सेल्स मैन बना दे डिग्री मैं करदी रहगी मार्केटिंग दी सेल्स मैन मम्मी बन गए भज जाना फिर सैलरी की गल कर लो मेनू इना कर दे थोनू कि कर दे मैं कहना थोड़ी भांडे दुकान हो फिर पता नहीं घसमान पै जूगा दुनिया ने होर तक पा देने कर ली जी हूं हरिमंदर साहब चो गुरुद्वारा साहब तो मेनू फोन आया ਵੀ ਆਪਾਂ ਗੁਰਸਖ ਵੀਰ ਆ ਵੀ ਤੁਸੀਂ ਦੁਕਾਨ ਕਰੀ ਹੋਈ ਆ ਉਹਨਾਂ ਨੇ ਵੀਰ ਜੀਆਂ ਦਾ ਰਵੀ ਜੀ ਦਾ ਦੇਖਿਆ ਹੋਇਆ ਵੀ ਇਦਾਂ ਚਿਮਨੀ ਦਾ ਦੱਸਦੇ ਸੀ ਚਿਮਨੀ ਦਾ ਬਣਾਇਆ ਹਜ਼ਾਰਾਂ ਸੈੱਟ ਤੇ ਉਹ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਸਮਝਾਈ ਫੇ ਗੱਲ ਵੀ ਉਹ ਮੇਰੇ ਬ੍ਰਦਰੇ ਨੇ ਸਮਝੋ ਵੀ ਮੈਂ ਗੁਰਸਿੱਖ ਨਹੀਂ ਕਰ ਮੈਂ ਇਦਾਂ ਮੋਣ ਮਹਾਜਨ ਬੰਦੇ ਆ ਇਦਾਂ ਤੇ ਉਹ ਵੀ ਉਹ ਸਾਡੇ ਭਰਾ ਨੇ ਚਲੋ ਆਉਂਦੇ ਨੇ ਸਾਡੇ ਕੋਲ ਬਹੁਤ ਟਾਈਮ ਤੋਂ ਫਿਰ ਉਹ ਸਮਝੇ ਗੱਲ ਨੂੰ ਚਲੋ ਉਹਨਾਂ ਨੇ ਫਿਰ ਵੀ ਇੱਕ ਚਿਮਨੀਆਂ ਚੁੱਲ੍ਹੇ ਸਾਨੂੰ ਹਰਿਮੰਦਰ ਸਾਹਿਬ ਗੁਰਦੁਆਰਾ ਸਾਹਿਬ ਅਸੀਂ ਭੇਜੇ बहुत प्यार मिलते बहुत धन्यवाद जेड़ा मेनू इना माण बख्शे हुण आपां दिवाली तों बाद इक अपना पेज बनावांगे
ਜਿਹਦੇ ਵਿੱਚ ਤੁਹਾਨੂੰ ਆਪਣੇ ਦੁਕਾਨ ਦਾ ਇੰਸਟਾ ਦਾ ਪੇਜ ਉਹਦੇ ਲਈ ਤੁਸੀਂ ਫੋਲੋ ਕਰਿਓ ਸਾਨੂੰ ਉਹਦੇ ਰੋਜ਼ ਤੁਹਾਨੂੰ ਨਵੀਆਂ ਆਫਰਾਂ ਨਵੀਆਂ ਚੀਜ਼ਾਂ ਸਾਰੀਆਂ ਪਾਵਾਂਗੇ ਉਹ ਇਹਨਾਂ ਤੋਂ ਹੀ ਅਸੀਂ ਇੱਕ ਵਾਰ ਦੀਵਾਲੀ ਤੋਂ ਬਾਅਦ ਜ਼ਰੂਰ ਹੈਲਪ ਕਰਿਓ ਅਸੀਂ ਉਹਨਾਂ ਤੱਕ ਸਭ ਤੱਕ ਇਹ ਚੀਜ਼ ਪਹੁੰਚਾਉਣੀ ਠੀਕ ਹੈ ਜੀ ਧੰਨਵਾਦ ਜੀ ਹੈਪੀ ਦੀਵਾਲੀ ਪਹਿਲਾਂ ਤਾਂ ਗਿਫਟ ਖੋਲੀ ਆ ਵੀ ਕੀ ਮਿਲਿਆ ਗਿਫਟ ਪਹਿਲਾਂ ਭਾਂਡੇ ਦਿਖਾ ਦੀਏ ਕਿਹੜੇ ਲਿਆਂਦੇ ਅੱਜ ਅਨਸੈਸਰੀ ਭਾਂਡੇ ਲਿਆਂਦੇ ਅੱਜ ਜਿਹਨਾਂ ਦੀ ਲੋੜ ਨਹੀਂ ਸੀਗੀ ਚਿੱਟਾ ਚਿੱਟਾ ਪਾਣੀ ਵਾਈਟ ਲੈ ਲੋ ਕਹਿੰਦੀ ਵੈਰੀ ਗੁੱਡ ਆਂਟੀ ਮੇਰੀ ਚੋਇਸ ਵੀ ਇਹੀ ਸੀਗੀ ਉਹਨਾਂ ਨੇ ਚਾਰ ਲੈਣੇ ਸੀ ਫਿਰ ਉਹ ਕਹਿੰਦਾ ਮੈਂ ਛੇ ਲੈਣੇ ਨੇ ਛੇ ਦਾ ਸੈੱਟ ਸੀਗਾ ਹਾਂ ਮੈਂ ਕਿਹਾ ਤੂੰ ਚਾਰ ਦੇ ਪੈਸੇ ਲਾ ਦੋ ਆ ਪਏ ਨੇ ਮੈਨੂੰ ਸੱਚੋ ਆਸਿਆ ਗੱਲ ਵੀ ਹੋਈ ਮੈਂ ਹਰਦੀਪ ਉੱਤੇ ਮੈਂ ਜਿੱਥੇ ਉਹ ਥੱਲੇ ਉਹਨਾਂ ਦੀ ਕੁਰਸੀ ਜੀ ਬਣੀ ਸੀ ਅੱਗੇ ਸਿਰੇ ਤੇ ਜਾ ਕੇ ਬਹਿ ਗਈ ਦੋ ਜਾਣੇ ਆਏ ਮੈਨੂੰ ਕਹਿੰਦੇ ਜੀ ਚਿੱਲੀ ਕਟਰ ਚੋਪਰ ਕਹਿੰਦੇ ਜੀ ਚੋਪਰ ਕਿੱਥੋਂ ਮਿਲੂਗਾ ਵੀ ਮੈਂ ਕਿਹਾ ਮੈਂ ਤਾਂ ਪੁੱਤਰਾ ਵੈਸੇ ਬੈਠੀ ਹਾਂ ਕਹਿੰਦੇ ਅਸੀਂ ਕਿਹਾ ਕਿਤੇ ਸੇਲ ਕਰਦੇ ਉਦੋਂ ਪਿੱਛੇ ਜਿਹੜਾ ਅੰਕਲ ਸੀਗਾ ਜਿਹੜੇ ਆਂਟੀ ਨਾਲ ਆਏ ਸੀ ਚਿੱਟੇ ਥੋੜੀ ਉਮਰ ਦੇ ਅੰਕਲ ਸੀਗੇ ਉਹਨਾਂ ਨੂੰ ਵੀ ਪੁੱਛੀ ਜਾਂਦੇ ਸੀ ਉਹਨਾਂ ਨੂੰ ਵੀ ਪੁੱਛਣ ਲੱਗ ਗਏ ਕੱਪ ਸੋਹਣਾ ਵਾ ਪਹਿਲੇ ਦਿਨ ਤੋਂ ਸਾਨੂੰ ਬਹੁਤ ਟਾਲਿਆ ਮੈਨੂੰ ਤਾਂ ਬਾਹਲੀ ਵਧੀਆ ਲੱਗੇ ਸੀਗੇ ਇੱਕ ਕੋਲ ਸੀ ਪਰ ਆਹੀ ਚਾਚੇ ਪਹਿਲੀ ਵਾਰ ਹਾਂ ਪਹਿਲੀ ਵਾਰ ਦੇਖੇ ਸੀ ਇਹੀ ਚਾਚੇ ਟਕਾ ਕੇ ਰੱਖੇ ਹੁਣ ਬਸ ਇੱਕ ਥਾਂ ਹੋਵੇ ਪੱਕੀ ਇਹਨਾਂ ਦੀ ਚੌਪਿੰਗ ਬੋਰਡ ਚੋਪਰ ਨਿਕਲੀ ਜਾਂਦਾ ਚੋਪਿੰਗ ਬੋਰਡ ਦੇ ਦੋ ਮੈਨੂੰ ਹਨਾ ਤੇ ਮੈਂ ਕਿਹਾ ਉਹਨੂੰ ਮੁੰਡੇ ਨੂੰ ਜਿਹੜਾ ਛੋਟਾ ਜਿਹਾ ਜਿਹੜਾ ਪਹਿਲਾਂ ਦਾ ਉਹਨਾਂ ਤੇ ਲੱਗਿਆ ਹੋਇਆ ਮੈਂ ਕਿਹਾ ਤੂੰ ਇਹਨੂੰ ਬ੍ਰੈਡ ਵਾਲੀ ਪਲਾਈ ਉਹ ਲਿਆ ਦੇ ਵਿੱਚ ਚੋਪਿੰਗ ਬੋਰਡ ਦੇ ਦੋ ਇਹੀ ਸਭ ਤੋਂ ਵੱਡਾ ਵੱਡਾ ਹੀ ਚਾਹੀਦਾ ਵਾ ਇਹੀ ਵੱਡਾ ਸੀ ਤੇ ਮੈਂ ਆਹ ਲੈ ਆਂਦੀ ਹਾਂ ਨਾਈਫ ਫੋਰਕ ਨਾਈਫ ਆਣੀ ਮੈਂ ਕਿਹਾ ਵੀ ਦੋ ਲੈ ਲਾਂ ਜੀ ਛੇ ਦਾ ਤਾਂ ਕੋਈ ਕੰਮ ਨਹੀਂ ਫੇਰਦਾ ਉਹ ਕਹਿੰਦੀ ਛੇ ਦਾ ਸੈੱਟ ਆਇਆ 12 ਦਾ ਸੈੱਟ ਪਰ ਵੱਡੀਆਂ ਬਹੁਤ ਨੇ ਇੱਕ ਹੋਰ ਅਸੀਂ ਚੀਜ਼ ਫੁੱਲ ਲਿਆਂਦੀ ਆ ਤਾਂ ਚਲ ਮੈਂ ਚੱਕ ਲਈ ਛੋਰੀ ਮੈਂ ਸਵੇਰੇ ਸੇਵ ਕੱਟ ਤਾਂ ਮੈਨੂੰ ਛੋਟੀ ਲੱਗਦੀ ਆ ਮੈਂ ਵਾਲੇ ਚੇ ਆ ਲਿਆਂਦਾ ਆ ਛੋਰੀ ਨਾ ਵੀ ਲਿਆ ਚੱਕ ਹਾਂਜੀ ਚਾਚੀ ਆਹ ਬੜੀਆਂ ਖਤਰਨਾਕ ਸੀਗੀਆਂ ਇੱਕ ਐਡੀ ਜ਼ਿਆਦਾ ਵੱਡੀ ਸੀਗੀ ਇੱਕ ਚਾਚੀ ਸੀ ਉਹ ਬਾਹਲੀਆਂ ਵੱਡੀਆਂ ਸੀ ਉਹ ਚ ਖੋਲਦੇ ਚੌਰਸ ਵੀ ਸੀਗੀ ਇੱਕ ਨਹੀਂ ਸਾਰੇ ਪਾਸੇ ਅਲੱਗ ਅਲੱਗ ਡਿਜ਼ਾਈਨ ਮੂਹਰੇ ਹੋਰ ਡਿਜ਼ਾਈਨ ਇਹ ਪਿਆਈ ਸੀ ਹਲੇ ਅੰਦਰ ਰੱਖੀ ਹੋਈ ਸੀ ਮਿਲਦਾ ਗਿਆ ਤੈਨੂੰ
ਤੈਨੂੰ ਮਿਲਦਾ ਗਿਆ ਅੱਜ ਸਾਰੇ ਰਿਸ਼ਤੇਦਾਰ ਆ ਵੀਡੀਓ ਵੀ ਦੇਖ ਲਓ ਮੈਨੂੰ ਵੀ ਗਿਫਟ ਦਿਆ ਕਰੋ ਲੈ ਮੈਂ ਸਾਰੇ ਐਦਾਂ ਮੁੰਡਾ ਪਾਲ ਕੇ ਦਿੱਤਾ ਤੈਨੂੰ ਤੁਹਾਨੂੰ ਤਾਂ ਕੁਝ ਗਿਆ ਹੀ ਨਹੀਂ ਤੁਹਾਡੇ ਨਾਲ ਤਾਂ ਦੀ ਗੱਲ ਨਹੀਂ ਰਿਸ਼ਤੇਦਾਰ ਆ ਰਿਸ਼ਤੇਦਾਰ ਆ ਆਇਆ ਮੈਂ ਰਿਸ਼ਤੇਦਾਰਾਂ ਨੇ ਕਹਿ ਰਹੇ ਨੇ ਲੈ ਕੇ ਦੇਣਾ ਪੜਾ ਬੜਾ ਵਧੀਆ ਪੈਕ ਕੀਤਾ ਹੈ ਇੰਨੀਆਂ ਚੇਪੀਆਂ ਕਾਹਦੇ ਲਈ ਲਾਈਆਂ ਬਸ ਆਪਣੇ ਲਈ ਕੀ ਲੋੜ ਪਈ ਸੀ ਇਹਦਾ ਕੀ ਦੇਣਾ ਸੀ ਗਿਫਟ ਇਹਦੇ ਪ੍ਰੈਂਕ ਹੀ ਨਾ ਕਰਤਾ ਹੋਵੇ ਡੱਬਾ ਹੀ ਇਹਦੇ ਡੱਬਾ ਹੀ ਦੇ ਦਾ ਹੋਵੇ ਵੈਕਟਰ ਨੇ बिजली मचदी स्लो ते लग्या रहिंदा छुरी नाल खोल छुरी नाल रश सी थोड़ा दुध पीना तू मजदा ही पीला वध गाड़ा गां का भी वध गाड़ा सीधा पहले ही कड़िया कड़ाई आ ਇਹ ਚ ਖੀਰ ਦਾਲ ਸਾਰਾ ਕੁਝ ਵਧੀਆ ਬਣ ਜਾਂਦਾ ਵਧੀਆ ਆ ਇਹ ਚ ਖੀਰ ਵੀ ਨਾ ਉਬਲੇ ਨਾ ਕੁਝ ਹੋਵੇ ਹੂੰ ਬਸ ਰਾਤ ਨੂੰ ਰੱਖ ਕੇ ਜਾਂ ਇਹ ਹੋਣਾ ਹੈ ਯਾਰ ਸੈਟਿੰਗ ਵੀ ਹਾਂ ਹੋਣਗੀ ਮੁਰੇ ਤੇਜ਼ ਬਲੋ ਹਾਂ ਸੀਗਾ ਕਿਹੜੀ ਕਿਹੜੀ ਕੀ ਲਿਖਿਆ ਸੈਟਿੰਗ ਹਾਈ ਲੋ ਉਹ ਹਾਈ ਲੋ ਵਾਲੀ ਹੋਈ ਆ ਹਾਂ ਜਮਾ ਹੀ ਲੋ ਤੇ ਰਾਤ ਨੂੰ ਸੌਣੇ ਵਾਲੀ ਜਮਾ ਹੀ ਲੋ ਹੋਣੀ ਰਾਤ ਨੂੰ ਜਿਹੜਾ ਆਪਾਂ ਸੌਣ ਟਾਈਮ ਲਾਉਣਾ ਵਾ ਆਪਾਂ ਕਿਹੜਾ ਬਹੁਤ ਰਾਤ ਨੂੰ ਲਾ ਕੇ ਰੱਖਣਾ ਤਾਂ ਜਿਹੜੇ ਨੇ ਕੰਮ ਤੇ ਜਾਣਾ ਕਿ ਨਹੀਂ ਦੂਜੀ ਗੱਲ ਉਹਰੇ ਲਾਈਟ ਦੀ ਗਾਰੰਟੀ ਵੀ ਨਹੀਂ ਰਾਤ ਨੂੰ ਲਾ ਕੇ ਸੌ ਜੀ ਸਵੇਰੇ ਕੱਚੀ सर्दियां शायद ਰੈਸਪੀਆਂ ਤਾਂ ਆਪਣੀਆਂ ਹੀ ਚੱਲਣੀਆਂ ਨੇ ਇਹਦੇ ਵਾਲੀਆਂ ਤਾਂ ਚੱਲਣੀਆਂ ਨਹੀਂ ਸਮਾਨ ਦੀ 600 ਰੁਪਏ ਦੀ ਵਰਤਾ ਗਿਆ ਹੁਣ ਬਰੀਆਨੀ ਪਾਲਕ ਪਨੀਰ ਪੋਟੈਟੋ ਸੂਪ ਪਾਸਤਾ ਹਾਂ ਬੋ ਇਹ ਆਨਲਾਈਨ ਵੀ ਹੈਗੀਆਂ ਨੇ ਬੁੱਕਾਂ ਵੀ ਨੇ ਬਹੁਤ ਸਲੋ ਕੁਕਿੰਗ ਦੇ ਇੰਨਾ ਇੰਨਾ ਕਰਕੇ ਕਿੰਨਾ ਸਮਾਨ ਆ ਗਿਆ ਭਾਂਡਿਆਂ ਦਾ ਇਤਕੀ ਥੋੜਾ ਥੋੜਾ ਕਰਕੇ ਤਿੰਨ ਚਾਰ ਘੜੇ ਲੱਗ ਗਏ ਡੈਡੀ ਕਹਿੰਦੇ ਤੁਸੀਂ ਕੀ ਕਹਿੰਦੇ ਇਤਕੀ ਇਕੱਠੀ ਪੈਸੇ ਖਰਚਾ ਤੇ ਆ ਦੋ ਦੋ ਤਿੰਨ ਤਿੰਨ ਵੀ ਆਉਂਦੇ ਨੇ ਇਕੱਠੇ ਲੀਟਰ ਲੀਟਰ ਦੇ ਦੋ ਜੇ ਅਲੱਗ ਅਲੱਗ ਚੀਜ਼ਾਂ ਬਣਾਉਣੀਆਂ ਨੇ हरे चुला लिया ਮੈਂ ਕੀ ਆਪਾਂ ਵੀਡੀਓ ਦਾ ਐਂਡ ਕਰ ਦਿਆਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੀ ਦੱਸੋ ਕਮੈਂਟਾਂ ਵਿੱਚ ਕੀ ਕੀ ਲਿੱਤਾ ਤੁਸੀਂ ਕਿਹੜਾ ਕਿਹੜਾ ਭੰਡਾ ਲਿੱਤਾ ਦਿਵਾਲੀ ਤੇ